के मंच पे बैठे मेरे हम सफर आगू साहबान, ते आज बड़े लंबे समय तो मेरे सामने बैठिया भैन रोज ही आउंदियां ने, मेरे किसान भराओ ते भैनों, ये अपनी रसना नूं पवित्र करो। ते मैं नारा लाउणा वा गुरु गोबिंद सिंह जी दा, जबी बाण लागे तभी रोस जागे दा, जबी बाण लागे, जबी बाण लागे, संयुक्त किसान मोर्चा जिंदाबाद, फाशीवाद जाबर मोदी सरकार मुर्दाबाद, फाशीवाद मोदी सरकार मुर्दाबाद, किसान मजदूर एकता जिंदाबाद। किसान भराओ, खेती साड़ी विरासत आ, खेती साड़ी जिंद जान आ, खेती सानू रोटी दिंदी आ, खेती सानू छत दिंदी आ, खेती दे नाल असी जुड़े हुए हाँ। अज उस विरासत नूं खोण आ गया, कारपोरेटिए घराने सामराजिए उन्हां तों बचाउण लई पड़ा दर पड़ा 26 जनवरी नूं असी पुर अमन दिल्ली दीआं सड़कां ते ट्रैक्टर परेड करन गए। सरकार ने, उहदीआं एजेंसियां ने, उहदे नाल जिहड़े शरारती अंसर नाल मिला के साडे इस पुर अमन चल रहे घोल नूं जिहड़ा जन अंदोलन नूं तोड़न दा जतन कीता। पर मैं कहूंगा वारे वारे जाइयो, ये भारत दे किसानां दा असी ओ मनसूबा जिहड़ा सी इस केंद्र सरकार दा उहनूं सिरे नहीं चढ़दा तोड़ के ओह रख दित्ता। इहदे नाल ही अज बड़ा लखां दी गिणती विच लोग दुबारा जुड़ गए, दुबारा दुबारा। आ मैं 1907 दा काका बोल के गया 9 महीने दा कोल चाचा जीत सिंह दा, उहदे असी धारनी आ, उहनां घोलां च वी कई मोड़ आए। इह घोल इस तरह निरंतर जारी आ वी उह जिहड़ा साडा उहनां विगाड़ पाउण दा कोशिश कीता वा उहदा डैमेज कंट्रोल, ਉਹਦਾ ਜਿਹੜਾ ਉਹਨਾਂ ਵਿਗਾੜਨ ਦਾ ਯਤਨ ਕੀਤਾ, ਇਹ ਇੰਨਿਆਂ ਮੈਂ 48 ਘੰਟਿਆਂ ਦੇ ਵਿੱਚ ਹੀ ਅਸੀਂ ਭਰਪਾਈ ਕਰ ਦਿੱਤੀ। ਇਹ ਦੁਨੀਆ 'ਤੇ ਮਿਸਾਲ ਨਹੀਂ ਕਿਤੇ ਵੀ ਮਿਲਦੀ। ਤੁਸੀਂ ਪਿਛਲੀਆਂ ਜਿੰਨੀਆਂ ਲੜਾਈਆਂ ਪੜ੍ਹ ਲਓ, ਕਿਤਾਬਾਂ ਵੀ ਲਿਖੀਆਂ ਗਈਆਂ ਨੇ 2 ਸਟੈਪ ਫਾਰਵਰਡ 1 ਸਟੈਪ ਬੈਕਵਰਡ। ਲੜਾਈ ਦੇ ਵਿੱਚ ਕਦੀ ਅੱਗੇ ਕਦੀ ਪਿੱਛੇ। ਪਰ ਮੈਂ ਇਹ ਕਹਿਣਾ ਚਾਹੁੰਦਾ ਇਹ ਸਿਧਾਂਤ ਤੇ ਬਿਲਕੁਲ ਪਰਪੱਕ ਆ, ਪਰ ਇਹ ਮੋਰਚਾ ਪਿਛਲਿਆਂ 8.5 ਮਹੀਨਿਆਂ ਦੇ ਲਗਾਤਾਰ ਹੀ ਵੱਧਦਾ ਜਾ ਰਿਹਾ, ਲਗਾਤਾਰ ਹੀ ਨਿਰੰਤਰ ਇਹਦੇ 'ਚ ਵਾਧਾ ਹੋ ਰਿਹਾ। ਅੱਜ ਜਾਣਨ ਦੀ ਲੋੜ ਆ ਵੀ ਅਸੀਂ ਕਿਉਂ ਇਸ ਵਿਰਾਸਤ ਦੀ ਰਾਖੀ ਕਰਨਾ ਚਾਹੁੰਦੇ ਹਾਂ। ਜਦੋਂ ਸਾਨੂੰ ਆਜ਼ਾਦੀ ਮਿਲੀ 1948 ਦੇ ਵਿੱਚ, ਦੁਨੀਆ ਭਰ ਦੇ ਵਿੱਚ ਇੱਕ ਕਾਨੂੰਨ ਬਣਿਆ ਖੇਤੀ ਦੇ ਵਪਾਰ ਦੇ ਸੰਬੰਧ ਵਿੱਚ, ਉਹਨੂੰ ਗੈਟ ਬੋਲਦੇ, ਜਨਰਲ ਐਗਰੀਮੈਂਟ ਔਨ ਟ੍ਰੇਡ। ਉਹਦੇ ਵਿੱਚ ਕੀ ਸੀ, ਇੱਕ ਦੇਸ਼ ਦੂਜੇ ਕੋਲੋਂ ਚੀਜ਼ ਦੇ ਸਕਦਾ ਲੈ ਸਕਦਾ, ਉਹਦੀਆਂ ਦੋਵਾਂ ਦੇਸ਼ਾਂ ਦੀਆਂ ਆਪਣੀਆਂ ਸ਼ਰਤਾਂ ਸਨ, ਬੈਠ ਕੇ ਉਹ ਬੜਾ ਵਪਾਰ ਕਰਦਾ ਸੀ। ਇਹ ਚੱਲਦਾ ਰਿਹਾ ਜਿਹੜਾ ਕਿ ਬਹੁਤ ਹੀ ਚੰਗਾ ਸਾਬਤ ਸੀ। ਪਰ ਜਿਹੜੇ ਵੱਡੇ ਵਿਕਸਿਤ ਮੁਲਕ ਆ ਉਹਨਾਂ ਨੂੰ ਭਾਉਂਦਾ ਨਹੀਂ ਸੀਗਾ, ਉਹਨਾਂ ਨੇ 1995 ਜਾਣ ਕੇ ਲਗਾਤਾਰ ਕਰਦੇ ਰਹੇ ਬਹੁਤ ਸ਼ੈਤਾਨੀਆਂ, ਡੰਕਲ ਤਜਵੀਜ਼ਾਂ ਲਿਆ ਕੇ ਜਿਹਦੇ 'ਚ 1998 'ਚ ਭਾਰਤ ਵੀ ਸ਼ਾਮਿਲ ਹੋ ਗਿਆ ਹੈ। ਪਰਪੱਕ ਕਰਤਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੈ ਤੇ ਬਹੁਤ ਲੰਮਾ ਹੈ, ਬੜਾ ਵੱਡਾ ਕਿਤਾਬਚਾ ਵਾ। ਪਰ ਉਹਦੇ 'ਚ ਕੀ ਹੋਇਆ ਵੀ ਜਿਹੜਾ ਦੇਸ਼ ਕੋਈ ਵੀ ਆ, ਖਾਸ ਕਰਕੇ ਆ ਸਾਡੇ ਘੱਟ ਵਿਕਸਿਤ ਦੇਸ਼ ਜਿਹੜੇ ਆ,
ਇਹ 10% ਤੋਂ ਵੱਧ ਜਿਹੜਾ ਆਪਣਾ ਅਨਾਜ ਪੈਦਾ ਕਰਦੇ ਉਹਦੀ ਖਰੀਦ ਨਹੀਂ ਕਰਨਗੇ, ਸਮਝਣ ਵਾਲੀ ਗੱਲ ਹੈ। ਇਸੇ ਲਾਈਨ ਤੇ ਚੱਲਦਿਆਂ ਆ 2013 ਵਿੱਚ ਮੋਦੀ ਸਰਕਾਰ ਕਾਨਫਰੰਸ ਹੋਈ ਬਾਲੀ ਦੇ ਵਿੱਚ, ਇੰਡੋਨੇਸ਼ੀਆ ਦੇ ਵਿੱਚ। ਉਹਦੇ ਵਿੱਚ ਭਾਰਤ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਕਣਕ ਝੋਨਾ ਕਿਉਂ ਖਰੀਦਣ ਰਹੇ ਜੇ, ਤੁਸੀਂ ਕਿਉਂ ਲੋਕਾਂ ਨੂੰ ਸਬਜ਼ੀਆਂ ਸਬਸਿਡੀਆਂ ਦੇ ਰਹੇ ਜੇ, ਉੱਥੇ ਐਂ ਕਰਦਾ ਜਿਹੜਾ ਸਾਡਾ ਵਣਜ ਮੰਤਰੀ ਸੀ। ਨਹੀਂ ਜੀ, ਨਹੀਂ ਜੀ, ਸਾਨੂੰ ਥੋੜ੍ਹਾ ਜਿਹਾ ਸਮਾਂ ਦੇ ਦਿਓ, 2017 'ਚ ਇਹ ਲਾਗੂ ਕਰ ਦਾਂਗੇ। ਸੋ 2017 ਵਿੱਚ ਆਣ ਕੇ ਜਿਹੜੀ ਮੋਦੀ ਨੇ ਸ਼ਾਂਤਾ ਕੁਮਾਰ ਕਮੇਟੀ ਬਣਾਈ ਸੀ 2015 ਵਿੱਚ, ਪਿਆਉਣ ਵਾਲੇ ਸਮੇਂ 'ਚ FCI ਦਾ ਭੋਗ ਪਾ ਦਿੱਤਾ ਜਾਊਗਾ, ਕੋਈ ਖਰੀਦ ਨਹੀਂ ਕੀਤੀ ਜਾਊਗਾ, ਉਹ ਜਿਹੜਾ ਸਮਝੌਤਾ ਸੀ ਉਹਨੂੰ 2017 ਵਿੱਚ ਲਾਗੂ ਕਰ ਦਿੱਤਾ। ਸੋ ਅੱਜ ਉਸੇ ਅਧੀਨ ਵੀ ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਨਾਜ ਅਤੇ ਹੋਰ ਵੀ ਵਸਤੂਆਂ ਭਾਵੇਂ ਸਾਡੇ ਦਬਾਅ ਦੇ ਨਾਲ MSP ਚੱਲਦਾ ਪਰ ਬਰਾਏ ਨਾਮ ਆ, ਇਹ ਉਹਦੇ ਵਿਰੁੱਧ ਲੜਾਈ ਆ। ਅੱਜ ਬਹੁਤ ਵੱਡੀ ਗੱਲ ਆ, ਸਾਡੇ ਮੂੰਹ ਦੇ ਵਿੱਚੋਂ ਬੁਰਕੀ ਖੋਣ ਲਈ ਇਹ ਸਰਕਾਰ ਬੜੀ ਤਤਪਰ ਆ, ਬਹੁਤ ਏਜੰਸੀਆਂ ਇਹਦੇ ਮਗਰ ਲੱਗੀਆਂ ਨੇ। ਵਿਸ਼ਵ ਵਪਾਰ ਸੰਸਥਾ ਕਹਿੰਦੀ ਆ ਵੀ ਜਿਹੜਾ ਇਹਦੇ 'ਤੇ ਲਾਗੂ ਨਹੀਂ ਕਰੂਗਾ ਉਹ ਅੱਗੇ ਜਾਣ ਲਈ ਹੋਰ ਉਹ ਕਹਿੰਦੀ ਆ। ਪਰ ਯਾਰ, ਭਾਰਤ ਵਰਗੇ ਦੇਸ਼ ਨੂੰ ਅਨਾਜ ਨਹੀਂ ਪੈਦਾ ਕਰਨਾ ਚਾਹੀਦਾ, ਕਲੋਜ ਆ। ਉਹ ਆਉਂਦੇ ਦਾਣੇ ਕੌਣ ਪੈਦਾ ਕਰੇ, ਅਮਰੀਕਾ ਪੈਦਾ ਕਰੇ, ਕੈਨੇਡਾ ਪੈਦਾ ਕਰੇ, ਆਸਟ੍ਰੇਲੀਆ ਪੈਦਾ ਕਰਕੇ, ਭਾਰਤ ਵਰਗੇ ਦੇਸ਼ ਨੂੰ ਅਨਾਜ ਨਹੀਂ ਪੈਦਾ ਕਰਨਾ ਚਾਹੀਦਾ, ਸਾਨੂੰ ਭੁੱਖ ਮਰੀ ਵਿੱਚ ਖਿੱਚਣਾ ਚਾਹੁੰਦੇ ਆ। ਇਹ ਆ ਲੜਾਈ, ਇਸ ਲੜਾਈ ਨੂੰ ਸਮਝਣ ਲਈ ਬੜੀ ਡੂੰਘੀ ਲੜਾਈ ਹੈ। ਸੋ ਇਸ ਕਰਕੇ ਅੱਜ ਅਸੀਂ ਇਹਦੇ ਉੱਤੇ ਤਤਪਰ ਹਾਂ। ਅੱਜ ਸਾਡੇ ਦਬਾਅ ਦੇ ਨਾਲ ਕੋਈ ਸੂਬਿਆਂ 'ਚ ਕਣਕ ਅਤੇ ਝੋਨਾ ਖਰੀਦਿਆ ਜਾ ਰਿਹਾ, ਮਾੜਾ ਮੋਟਾ ਨਰਮਾ ਲਿਆ ਜਾ ਰਿਹਾ, ਪਰ ਆਉਣ ਵਾਲੇ ਸਮੇਂ 'ਚ ਇਹਦਾ ਭੋਗ ਪਾਉਣਾ ਚਾਹੁੰਦੇ ਜਿਹੜੇ ਕਾਨੂੰਨ ਆ, ਇਹਦੀ ਵਿਆਖਿਆ ਬਹੁਤ ਵਾਰੀ ਹੋ ਗਈ ਆ। ਇਹਨਾਂ ਕਾਨੂੰਨਾਂ ਦੇ ਨਾਲ ਉਹ ਭਾਰਤ ਵਰਗੇ ਦੇਸ਼ ਦਾ ਸੋਨਾ ਚਾਂਦੀ ਕੋਲਾ, ਇਹਦਾ ਸਤਲੁਜ ਦਾ ਪਾਣੀ ਐ ਨੀਲਾ ਸੋਹਣਾ, ਸਾਡਾ ਧਰਤੀ ਦਾ ਪਾਣੀ ਖੋਣਾ ਚਾਹੁੰਦੇ ਆ। ਅੱਜ ਉਹ ਸਾਡੀ ਜਵਾਨੀ ਖੋਣਾ ਚਾਹੁੰਦੇ ਆ, ਸਾਡਾ ਵਾਤਾਵਰਨ ਵਿਗਾੜਨਾ ਚਾਹੁੰਦੇ ਆ। ਇਹ ਆ ਬਹੁਤ ਵੱਡੀ ਲੜਾਈ ਆ, ਬਹੁਤ ਵੱਡੀ ਲੜਾਈ ਆ। ਨਾਲ ਦੀ ਨਾਲ ਮਜ਼ਦੂਰ ਦੇ ਮੂੰਹ 'ਚੋਂ ਰੋਟੀ ਖਾਣਾ ਚਾਹੁੰਦੇ ਆ, ਭੋਗ ਪਾਉਣਾ ਚਾਹੁੰਦੇ ਅਨਾਜ ਦੇਣ ਦੀ ਸਕੀਮ ਦਾ, ਰਹਿਤਾਂ ਦੇਣ ਦਾ ਸਕੀਮ ਦਾ। ਸਬਸਿਡੀਆਂ ਦੇ ਖਤਮ ਕਰੋ, ਰਹਿਤਾਂ ਖਤਮ ਕਰੋ। 70,000 ਕਰੋੜ ਜਿਹੜਾ ਖਾਦਾਂ ਬੀਜਾਂ ਦੇ ਸਬਸਿਡੀ ਉਹਨੂੰ ਖਤਮ ਕਰ ਦਿਓ, ਆ ਜਿਹੜੀ ਗਰੀਬਾਂ ਦੀ ਸਬਸਿਡੀ ਉਹਨੂੰ ਖਤਮ ਕਰ ਦਿਓ, ਬਿਜਲੀ ਦੇ ਸਬਸਿਡੀ ਖਤਮ ਕਰ ਦਿਓ। ਮੈਂ ਹਮੇਸ਼ਾ ਹੀ ਕਹਿੰਦਾ 10 horsepower ਤੇ ਕਿੰਨਾ ਬਿੱਲ ਲੱਗੂਗਾ, 15,000 ਰੁਪਈਏ ਮਹੀਨੇ ਦਾ ਆਊਗਾ, ਕਿਹੜਾ ਬੰਦਾ ਦਊ, ਮੈਨੂੰ ਹੱਥ ਖੜਾ ਕਰਕੇ ਦਿਓ। ਸੋ ਇਸ ਕਰਕੇ ਲੜਾਈ ਛੋਟੀ ਨਹੀਂ ਗਈ ਹੈ, ਇਹ ਲੜਾਈ ਬਹੁਤ ਵੱਡੀ ਆ, ਇਹਦੇ ਵਿੱਚ ਬਹੁਤ ਕੁਝ ਕੀਤਾ ਜਾਣਾ ਵਾ। ਅਖੀਰ 'ਤੇ ਮੈਂ ਕਹੂੰਗਾ ਵੀ ਜਿਹੜੀ ਸ਼ਾਂਤੀ ਆ, ਸ਼ਾਂਤੀ ਸ਼ਾਂਤੀ ਸ਼ਾਂਤੀ, ਪਰ ਸ਼ਾਂਤੀ ਕਦੋਂ ਰਹਿ ਸਕਦੀ ਆ, ਤਾਕਤ ਤੋਂ ਬਗੈਰ ਨਹੀਂ ਰਹਿ ਸਕਦੀ। ਤਾਕਤ ਪੈਦਾ ਕਰੋ, ਬਲ ਹੋਵੇ ਬੰਧਨ ਛੁੱਟੇ, ਸਭ ਕੁਛ ਹੋ ਤਾਂ ਪਾਏ। ਜਦੋਂ ਤੁਹਾਡਾ ਬਲ ਹੋਵੇ, ਬਲ ਦੇ ਨਾਲ ਹੀ ਤੁਹਾਡਾ ਜਬਰ ਜਿਹੜਾ ਉਹਨੂੰ ਤੁਸੀਂ ਸਬਰ ਨਾਲ ਸਹਿ ਸਕੋਗੇ। ਆ ਉੱਥੇ ਪੱਥਰ ਵੱਜੇ ਆ, ਅਸੀਂ ਸਟੇਜ ਤੋਂ ਕਿਹਾ ਉਸ ਦਿਨ ਵੀ ਇਹ ਪੱਥਰਾਂ ਦਾ ਪੱਥਰ 'ਚ ਮੁਕਾਬਲਾ ਨਹੀਂ ਕਰਨਾ, ਇਹ ਬੜੀ ਸਮਝਣ ਵਾਲੀ ਗੱਲ ਆ। ਉਹਦਾ ਪੁਲਿਸ ਆਵੇ ਅੱਗੇ, ਉਹਦੇ ਅਸੀਂ ਇਸੇ ਮੁੰਡਿਆਂ ਨੂੰ ਵਰਜਿਆ ਜੇ ਚਲੇ ਜਾਂਦੇ ਤਾਂ ਮੇਰਾ ਖਿਆਲ ਕਹਾਣ ਹੋ ਜਾਣਾ ਸੀ। ਅਸੀਂ ਉਹਦੀ ਸਖ਼ਤ ਨਿੰਦਿਆ ਕਰਦੇ, ਮੈਂ ਅੱਜ ਵੀ ਕਰਦਾ ਸੰਯੁਕਤ ਮੋਰਚੇ ਵੱਲੋਂ, ਮੈਂ ਜਾਤੀ ਤੌਰ 'ਤੇ ਨਹੀਂ। ਅਸੀਂ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਆ ਵੀ ਇਹ ਜਿਹੜੇ 25,000 ਮਛਟੰਡੇ ਗੁੰਡੇ ਇਹ RS ਨੇ ਇਹਨੇ ਪਿੰਡਾਂ 'ਚ ਛੱਡੇ ਆ,
ਹੋਰਨਾਂ ਲੋਕਾਂ ਨੂੰ ਨਾਲ ਲੈ ਕੇ ਮਨਸੂਬੀ ਕਿਸਾਨ ਬਣ ਕੇ ਸਾਡੇ ਧਰਨੇ ਨੂੰ ਤੋੜਨਾ ਚਾਹੁੰਦੇ ਇਹਦੇ ਤੋਂ ਸੁਚੇਤ ਰਹਿਣ ਦੀ ਲੋੜ ਆ। ਜੇ ਅਸੀਂ ਵੀ ਡਾਂਗਾਂ ਵਾਲੇ ਮੁੰਡੇ ਉੱਥੇ ਭੇਜ ਦਿੰਦੇ ਲੜਾਈ ਹੋ ਜਾਂਦੀ, ਕੀ ਫਾਇਦਾ ਨਿਕਲਣਾ ਸੀ। ਆ ਬਹੁਤ ਸਾਡੇ ਸਾਥੀਆਂ ਨੇ ਕਿਹਾ ਵਾ ਵੀ ਇਹ ਜ਼ਬਰਦਸਤ ਕਾਹਦੇ ਨਾਲ ਕਰਨਾ, ਸਬਰ ਦੇ ਨਾਲ ਮੁਕਾਬਲਾ ਕਰਨਾ, ਛੋਟੀ ਗੱਲ ਨਹੀਂ ਹੈ। ਗੁਰੂ ਅਰਜਨ ਦੇਵ ਦੀ ਮਿਸਾਲ ਦਿੱਤੀ ਆ, ਗੁਰੂ ਤੇਗ ਬਹਾਦਰ ਸਾਹਿਬ ਦੀ ਮਿਸਾਲ ਦਿੱਤੀ ਆ, ਬਹੁਤ ਮਿਸਾਲਾਂ ਨੇ। ਜਦੋਂ ਕੋ ਦੇਸ਼ ਦੂਜੇ ਨਾਲ ਲੜਾਈ ਕਰਦਾ ਸ਼ਕਤੀ ਹੋ ਰਿਹਾ, ਉਸ ਵੇਲੇ ਦੀ ਸ਼ਕਤੀ ਹੋਰ ਵਰਤਣ ਦੀ ਲੋੜ ਆ। ਪਰ ਇਸ ਅੰਦੋਲਨ ਦੇ ਵਿੱਚ ਸਾਡੇ ਸਬਰ ਦੀ ਬੜੀ ਵੱਡੀ ਸ਼ਕਤੀ ਆ। ਉਹ ਸ਼ਕਤੀ ਨੂੰ ਬਣਾ ਕੇ ਮੰਨ ਲਓ ਸਾਡੇ 'ਤੇ ਹਮਲਾ ਕਰ ਦਿੰਦੇ ਆ। ਬਹੁਤ ਬੰਦੇ ਇੱਥੇ ਕਿਰਪਾਨਾਂ ਕਰ ਲਈ ਫਿਰਦੇ ਸੀ, ਇਸ ਤਰ੍ਹਾਂ ਨਹੀਂ ਬਣਨਾ ਕੰਮ। ਸਾਡੀ ਏਕਤਾ, ਅੱਜ ਜਿਹੜੀਆਂ ਟਰਾਲੀਆਂ ਸਾਡੀਆਂ ਚੱਲੀਆਂ ਮੋਹਾਲੀ ਤੋਂ 800, ਲੁਧਿਆਣੇ ਤੋਂ 1000, ਸਾਰੇ ਪੰਜਾਬ ਚੋਂ ਹਰਿਆਣੇ ਵਿੱਚੋਂ ਕੱਲ 500 ਪਹੁੰਚ ਗਈਆਂ ਨੇ। ਆਉਣ ਵਾਲੇ ਸਮੇਂ 'ਚ ਜਿਹੜੀ ਤਾਕਤ ਮੈਂ ਕਹਿੰਦਾ, ਉਹ ਕਿਸਾਨੋ ਇੱਥੇ ਵੱਡੀ ਗਿਣਤੀ 'ਚ ਆ ਕੇ ਟਰਾਲੀਆਂ ਲੈ ਕੇ ਉਹ ਤਾਕਤ ਪੈਦਾ ਕਰੋ ਤਾਂ ਕਿ ਉਹਨਾਂ ਦੇ ਸਾਰੇ ਮਨਸੂਬਿਆਂ ਨੂੰ ਅਸੀਂ ਫੇਲ ਕਰ ਸਕੀਏ। ਇਹ ਹੀ ਸਾਡੀ ਸ਼ਾਂਤੀ ਆ। ਇਹਨਾਂ ਸ਼ਬਦਾਂ ਮੈਂ ਆਗਿਆ ਲੈਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਅਜਨਾਲਾ ਜੀ। ਮਨਦੀਪ ਸਿੰਘ ਕਰਨਾਲ ਜੀ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ, ਇੱਥੇ ਮੰਦਿਰ ਹੈ ਦੁਰਗਾ ਮੰਦਿਰ ਕੁੰਡਲੀ ਦੇ ਵਿੱਚ, ਜਿੱਥੇ ਉਹਨਾਂ ਨੇ ਉਹ ਮੰਦਿਰ ਖੋਲ੍ਹ ਰੱਖਿਆ, ਬਹੁਤ ਸਾਰੇ ਲੋਕ ਉੱਥੇ ਨਹਾਉਣ ਧੋਣ ਦਾ ਆਪਦਾ ਕੰਮ ਹੈ ਜਿਹੜਾ ਉਹ ਕਰਦੇ ਹੈ। ਮੰਦਿਰ ਦੇ ਨਾਲ ਕਹਿਣਾ ਹੋਵੇ ਤਾਂ ਸਾਰਾ ਕੁੰਡਲੀ ਸ਼ਹਿਰ ਹੈ ਜਿਹੜਾ ਲੋਕਾਂ ਨੇ ਖੋਲ੍ਹ ਰੱਖਿਆ ਆਪਣੇ ਵਾਸਤੇ, ਆਪਾਂ ਉਹਨਾਂ ਦੇ ਵੀ ਧੰਨਵਾਦੀ ਹੈ। ਪਰ ਬਾਬਾ ਬਾਲਗਿਰੀ ਜੀ ਜਿਹੜੇ ਇਸ ਮੰਦਿਰ ਦੇ ਪੁਜਾਰੀ ਹੈ, ਉਹ ਅੱਜ ਆਪਣੇ ਇੱਥੇ ਆਏ ਹੈ ਸੰਯੁਕਤ ਮੋਰਚੇ ਵੱਲੋਂ, ਆਪਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਅਤੇ ਉਹਨਾਂ ਦਾ ਸਨਮਾਨ ਵੀ ਕਰਨਾ ਹੈ, ਸਿਰੋਂ ਪਾਓ ਪਾ ਕੇ ਉਹਨਾਂ ਨੂੰ। ਬਾਬਾ ਜੀ ਅੱਗੇ ਕੁੰਡਲੀ ਗਾਓ ਮੈਂ ਸ਼ਮਸ਼ਾਨ ਕੇ ਸਾਹਮਣੇ ਮੰਦਿਰ ਮੈਂ ਦੁਰਗਾ ਮਾਤਾ ਮੰਦਿਰ ਮੈਂ ਬੈਠਾ। ਪਰਸੋਂ ਸੁਬਹੇ ਆਏ 5 ਵਜੇ ਕਿ ਕੋਈ ਆਏ ਮੇਰਾ ਕੁਮਾਰ ਆ, ਪਤਾ ਨਹੀਂ ਕੌਣ ਹੈ, ਮੇਰਾ ਸਿਰ ਤੋਂ ਪੂਰਾ ਬਣ ਗਿਆ, ਸਰੀਰ ਮੈਂ ਪੂਰਾ ਈਟ ਸੰਭਾਰ ਆ, ਹੈਂ ਇੱਧਰ ਪੀਛਾ ਟੰਡ ਲਗਾਇਆ, ਟੰਡ ਕੇ ਲੰਗਰ ਮੈਂ ਬੋਲਣ ਕੇ ਆਇਆ, ਮੇਰਾ ਗੇਟ ਕੇ ਬਾਹਰ ਆ ਕੇ ਮੇਰਾ ਕੀ ਈਟ ਸੰਭਾਰ ਆ, ਸਰੀਰ ਪੂਰਾ ਵੀ ਮੇਰਾ ਹੱਥ ਉੱਠਣੇ ਕੇ ਕਸ਼ਟ ਹੋ ਰਿਹਾ, ਕਿਆ ਹੋ ਗਿਆ ਪਤਾ ਨਹੀਂ, ਕੌਣ ਮਾਰਾ ਕੁਛ ਵੀ। ਜਿਸ ਵੀ ਵਿਅਕਤੀ ਨੇ ਘਟਨਾ ਨੂੰ ਅੰਜਾਮ ਦਿੱਤਾ, ਅਸੀਂ ਸੰਯੁਕਤ ਮੋਰਚੇ ਵੱਲੋਂ ਉਸ ਵਿਅਕਤੀ ਦੀ ਨਿਖੇਧੀ ਕਰਦੇ ਹਾਂ। ਅਗਾਂਹ ਵਾਸਤੇ ਸਾਰੇ ਹੀ ਲੋਕ ਆਪਾਂ ਵਲੰਟੀਅਰ ਆਏ ਇਸ ਮੋਰਚੇ 'ਚ ਜਿਹੜੇ ਸ਼ਾਮਿਲ ਹੈ, ਆਪਾਂ ਨਿਗਾਹ ਰੱਖੀਏ ਇੱਕ ਦੂਸਰੇ ਦੇ ਉੱਤੇ ਕਿ ਇੱਦਾਂ ਦੀ ਘਟਨਾ ਕਦੇ ਕੋਈ ਵਾਪਰੇ ਨਾ, ਕਿਉਂਕਿ ਜਦੋਂ ਮੰਦਿਰ ਦੇ ਵਿੱਚ ਕੋਈ ਗੱਲ ਵਾਪਰਦੀ ਹੈ ਤਾਂ ਇਹਦੇ ਅਰਥ ਕੀ ਹੈ ਇਹਨੂੰ ਜ਼ਰੂਰ ਗੰਭੀਰਤਾ ਨਾਲ ਸੋਚੋ ਵਿਚਾਰੋ। ਸੋ ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ, ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਹੁਣ ਮਨਦੀਪ ਸਿੰਘ ਕਰਨਾਲ ਹਰਿਆਣਾ ਤੋਂ 2 ਮਿੰਟ ਲਈ ਆਪਦੀ ਗੱਲ ਕਰਨਗੇ ਅਤੇ ਇਹਦੇ ਨਾਲ ਹੀ ਮੇਰਾ ਐਜ ਏ ਸਟੇਜ ਸਕੱਤਰ ਟਾਈਮ ਸਮਾਪਤ ਹੈ। ਹੁਣ ਅਗਲੇ ਸਟੇਜ ਸਕੱਤਰ ਸਰਦਾਰ ਬੂਟਾ ਸਿੰਘ ਸਾਦੀਪੁਰ, ਜੋ ਭਾਰਤੀ ਕਿਸਾਨ ਮੰਚ ਪੰਜਾਬ ਦੇ ਮੁਖੀ ਹੈ, ਉਹ ਇਸ ਮੰਚ ਦੀ ਭੂਮਿਕਾ ਜਿਹੜੀ ਉਹ ਮੰਚ ਸੰਚਾਲਨ ਦੀ ਉਹ ਨਿਭਾਉਣਗੇ ਸਰਦਾਰ ਬੂਟਾ ਸਿੰਘ ਜੀ। ਉਹਨਾਂ ਤੋਂ ਪਹਿਲਾਂ ਮਨਦੀਪ ਜੀ ਆਪਦੀ ਗੱਲ ਕਹਿਣਗੇ। ਸੋਰੀ, 3 ਵਾਰੀ ਗੱਲ ਰਹਿ ਗਈ। ਬੀਬੀਆਂ ਦੇ ਬੈਠਣ ਵਾਸਤੇ ਥੋੜ੍ਹੀ ਜਿਹੀ ਜਗ੍ਹਾ ਦੀ ਕਮੀ ਹੈ, ਵੀਰ ਆ ਜਿਹੜੇ ਥੋੜ੍ਹਾ ਥੋੜ੍ਹਾ ਜਿਹਾ ਪਿੱਛੇ ਨੂੰ ਹੋ ਜਾਣ, ਅਤੇ ਤਾਂ ਕਿ ਬੀਬੀਆਂ ਜਿਹੜੀਆਂ ਵੀ ਆਉਂਦੀਆਂ ਉਹ ਕਈ ਵਾਰ ਵੇਖ ਕੇ ਜਗ੍ਹਾ ਹੈ ਨਹੀਂ, ਪਿੱਛੇ ਮੁੜਨ ਦੀ ਗੱਲ ਹੋ ਜਾਂਦੀ ਹੈ, ਆਪਾਂ ਉਨੀ ਕੁ ਜਗ੍ਹਾ ਬਣਾ ਦਈਏ ਕਿ ਉਹਨਾਂ ਨੂੰ ਮੁੜਨਾ ਨਾ ਪਵੇ। ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਨਿਰਭੈ ਸਿੰਘ ਢੁੱਡੀ ਕੇ, ਜੋ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹੈ, ਉਹ ਆਪਦੀ ਗੱਲ ਕਹਿਣਗੇ ਕਿਉਂਕਿ ਮਨਦੀਪ ਸਿੰਘ ਹੋਰੀ ਆ ਨਹੀਂ ਸਕੇ। ਸਰਦਾਰ ਨਿਰਭੈ ਸਿੰਘ ਢੁੱਡੀ ਕੇ ਉਹਨਾਂ ਦਾ ਟਾਈਮ ਹੈ ਜਿਹੜਾ 7 ਮਿੰਟ ਹੈ, ਉਹ ਜ਼ਰੂਰ ਖਿਆਲ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸੇ ਪਾਸੇ ਤੋਂ ਆਏ ਕਿਸਾਨ ਦੋਸਤੋ, ਮੇਰੀਓ ਭੈਣੋ, ਜੇ ਕੋਈ ਆਪਣਾ ਵਰਕਰ ਗਲਤੀ ਕਰ ਲਵੇ ਤਾਂ ਉਸ ਜਥੇਬੰਦੀ ਦੇ
प्रधान नूं माफी मंगनी पैंदी है। ते अज दा जिहड़ा दिन है, अज दे दिन अज तो 70 साल पहलां एक वर्कर ने भारतीय जनता पार्टी नहीं सी उदों आरएसएस दे वर्कर ने साडू जिन्हों देश पिता कहा जाता है जां देश पिता हैगे है महात्मा गांधी उन्हों अज दे दिन गोली मारी। भारतीय जनता पार्टी और जिहड़ी अपनी आरएसएस दे वर्कर नथू राम गौड़से ने जिस उस पार्टी का वह मोदी की पार्टी का बंदा सी नथू राम गौड़सा। मैं समझा उस पार्टी दे जिहड़ी पार्टी नथू राम गौड़से नाल जुड़ी है उन्हू मैं समझा माफी नहीं मंगनी चाहिए। इस गल सारे देश तो माफी मंगनी चाहिए उन्होंने लोगों नू। मैं समझना उन्होंने तिरंगा झंडा लहराने का कोई हक ही नहीं है। उन्होंने लोगों नू तिरंगा झंडा लहराने का कोई हक है मोदी नू जिदी पार्टी के वर्कर ने बंदा मारिया हो अपना अपने देश का बहुत वड्डा लीडर मारिया हो अज उस करके आप सारे ने भुख हड़ताल रखी हुई है। मतलब आप इस करके है मैं समझा इस पार्टी नू शर्म ना मर जाना चाहिए। दूसरी गल बंदा बहादुर युद्ध के मैदान च सी जो आखिरी लड़ाई उदे नाल दे लोग मुगलों ने गंढ ले बंदा बहादुर दे नाल दे लोग जिहड़े उदे नाल लड़दे रहे जिहदे चो भाई विनोद सिंह जो उन्हें मूहरे देखिया भी मूहरे भाई विनोद सिंह आया खड़ा मेरे खिलाफ लड़न वास्ते तो उन्हें हथियार छड़ते बंदे बहादुर ने भी मुझ तो लड़िया नहीं जाता हूं। तो यही हाल साडा 26 तरीक नूं होया। 26 तरीक नूं साडे नाल फिरदे फिरदे बंदे भारतीय जनता पार्टी नाल जा जुड़े जिहड़े साडे नाल लड़न दे वादे करदे सी असी तुहाडे नाल लड़ांगे कट्ठे लड़ांगे ओह भारतीय जनता पार्टी दी चढ़ गए उहदे उत्ते। ते अज जिहड़ा सानू सारिआं नू वार वार माफियां मंगणियां पै रहीआं इक बंदे करके ओह सिद्धू करके। मैं समझा कई सिद्धू होर तैयार होए बैठे आ सिद्धू बणन नू होर कई तैयार होए बैठे आ। हाल ते बड़ी पई है साडी देखो अंदोलन नू कोई मैं समझना नुकसान ही अगे नू वड्डा होऊगा पे अंदोलन अगले अगे नू भी वड्डा होऊगा। दूजे पासे साडे ते रिप्रेशन कीता जा रहा है केस बनाए जा रहे हैं किसान आगुओं ते केस बनाए जा रहे हैं उत्ते सीआरपी दूजिया फोर्सेस नू चढ़ा के सानू डराया जा रहा। इहदे नाल सानू इह कहा जा रहा उस समझौते नू मन लो सानू डरा के इह कोशिश की जा रही है किसान लीडरां नू डरा के उह रबील नू छड के सोधां ते लिआंदा जावे। मैं सारे लोगों नू पुछदा आपां नूं सौदा मंजूर है जे सौदा नहीं मंजूर भावे आपां मरिए ते भावे जिउंदे ते आपां रपील तो उरां किसे गल ते मनना नहीं। सानू डरा के कोशिश कीती जा रही है बहुत घल्लू करा हो जू इत्थे जिद्दां मर्जी घल्लू करा हो जे असी रपील दौरा नहीं हूं हिलना है। साडे विचों साथियों नूं डराया जा रहा यह तो बहुत वड्डी है। पहला है बनौटी किसान जथेबंदियां लेके आए शाहजहां ने अपने
गाजीपुर के मोर्चे से एक आपका दला पा छड़िया बी एम सिंह जिहड़ा परसों च उत्थे भज के गया एवें ही पलवल मोर्चे दे विच एक आपका बंदा पा छड़िया जिहड़ा भज के गया मोर्चे चो वीरे पलवल का मोर्चा उठाया साडा यह गदार नहीं है जिहड़े पलवल का मोर्चा तोड़ के गए आ जिन्होंने गाजीपुर के मोर्चे को तोड़न की कोशिश की है अज भावे साडा जिड़ा मर्जी वड्डा हो जाए मोर्चा असी घबराने वाले नहीं है मैनू आपके उत्ते याद नहीं है किन्ने मुकदमे बनाए आ सरकार ने कई बार मैनू पूछ लेंगे पुलिस वाले आ केस होया सी मैं क्या मैनू हुण याद नहीं रहा मेरे से किन्ने केस बने है इत्थे एक मुंडा बैठा अपने साडा पंजाब दा इस टाइम उहदे ते 36 केस चल रहे आ कोई लड़ाई झगड़े दे नहीं एजिटेशनां दे 36 केस चल रहे आ जिन्ने मर्जी बनाई जाओ साढ़े इत्थे नोटिस ला गया आके थोनू पुलिस दे पेश होना पऊ असीं इह कहिंदे बिलकुल पेश नहीं होना असीं पुलिस ਅਸੀਂ ਪੁਲਿਸ ਦੇ ਬਿਲਕੁਲ ਪੇਸ਼ ਨਹੀਂ ਹੋਣਾ ਜਿੰਨੇ ਕੇਸ ਬਣਾਉਣੇ ਬਣਾ ਲਓ ਫਾਂਸੀਆਂ ਤੇ ਚੜ੍ਹਨ ਨੂੰ ਤਿਆਰ ਹੈ ਜੇ ਸਾਡਾ ਫੋਟੋ ਲੱਗੀ ਹੈ ਸਾਹਮਣੇ ਜੇ 23 ਸਾਲ ਦਾ ਨੌਜਵਾਨ ਫਾਂਸੀ ਚੜ੍ਹ ਸਕਦਾ ਸਾਨੂੰ ਬੁੜਿਆਂ ਨੂੰ ਫਿਰ ਕੀ ਦਿੱਕਤ ਜੇ ਸਾਡਾ 23 ਸਾਲ ਦਾ ਨੌਜਵਾਨ ਚੜ੍ਹ ਸਕਦਾ ਫਾਂਸੀ ਤਾਂ ਅਸੀਂ ਤਾਂ ਹੁਣ ਉਮਰ ਤਾਂ ਲੰਘੀ ਵੀ ਹੈ ਫਿਰ ਕੀ ਅਸੀਂ ਫਾਂਸੀ ਚੜ੍ਹ ਜਾਵਾਂਗੇ ਇਸ ਵਾਸਤੇ ਵਾਰ ਵਾਰ ਇਹ ਗੱਲ ਆ ਰਹੀ ਹੈ ਤੁਸੀਂ ਰਿਪੀਲ ਵਾਲੀ ਗੱਲ ਨੂੰ ਛੱਡ ਦਿਓ ਤੇ ਤੁਸੀਂ ਸੋਧਾ ਦੇ ਮੰਨ ਜਾਓ ਮੈਂ ਅੱਜ ਪਰੇ ਹਾਊਸ ਚ ਇਹ ਗੱਲ ਕਹਿੰਦਾ ਅਜੇ ਹੋਰ ਗਦਾਰ ਜੰਮਣੇ ਆ ਅਜੇ ਹੋਰ ਗਦਾਰ ਜੰਮਣੇ ਆ ਕਈ ਵਾਰੀ ਸਾਨੂੰ ਕਹਿ ਦਿੰਦੇ ਆ ਇਹ ਨਾਇਕ ਬਣ ਗਏ ਆਹ ਕਿਸਾਨ ਮੋਰਚਾ ਤੁਸੀਂ ਤਾਂ ਜਿੱਤੇ ਪਏ ਆ ਅਜੇ ਭਾਈ ਕੋਈ ਨਹੀਂ ਜਿੱਤੇ ਕਹਿੰਦੇ ਕਿਸਾਨ ਤੇ ਜਿੱਤੇ ਹੋਏ ਆ ਅੱਜ ਅਸੀਂ ਉੱਥੇ ਹੀ ਖੜੇ ਆ ਜਿੱਥੇ ਅਸੀਂ 26 ਤਰੀਕ ਨੂੰ ਇੱਥੇ ਆਏ ਸੀ ਕੋਈ ਮੰਗ ਨਹੀਂ ਅਜੇ ਤੱਕ ਸਾਡੀ ਮੰਨੀ 26 ਸਾਡੇ ਲਈ ਬਹੁਤ ਪੇੜੀ ਹੈ 26 ਨੂੰ ਸਾਡੇ ਤੇ ਪਿਛਾਣਾਂ ਸਿੱਟੀਆਂ ਗਈਆਂ 26 ਨੂੰ ਵੀ ਬੰਬ ਸਿੱਟੇ ਗਏ ਤੇ ਇਸ 26 ਨੂੰ ਵੀ ਬੰਬ ਸਿੱਟੇ ਗਏ ਸਾਡੇ ਤੇ ਬਹੁਤ ਸਾਰੇ ਮੁੰਡੇ ਲਾਪਤਾ ਅਜੇ ਸਾਡੇ ਪੰਜਾਬ ਦੇ ਵੀ ਹਰਿਆਣੇ ਦੇ ਵੀ ਬਹੁਤ ਸਾਰੇ ਸਾਡੇ ਟਰੈਕਟਰ ਟੁੱਟੇ ਖੜੇ ਆ ਉੱਥੇ ਦਿੱਲੀ ਦੇ ਅੰਦਰ ਬਹੁਤ ਸਾਰੇ ਟਰੈਕਟਰ ਟੁੱਟੇ ਖੜੇ ਆ ਦੋ ਮੁੰਡੇ ਮਾਰੇ ਗਏ ਆ ਇੱਕ ਮੁੰਡਾ ਉਹਦੇ ਇੱਥੇ ਗੋਲੀ ਲੱਗੀ ਆ ਉਹਦੀਆਂ ਦੋਨੇ ਲੱਤਾਂ ਨਕਾਰਾ ਹੋ ਗਈਆਂ ਉਹ ਕੋਮਾ 'ਚ ਚਲਿਆ ਗਿਆ ਮੁੰਡਾ ਇਹਨਾਂ ਹਾਲਤਾਂ 'ਚ ਗਦਾਰਾਂ ਨਾਲ ਸਮਝੌਤਾ ਕਰ ਲਈਏ ਤੇ ਉਹ ਜਿਹੜੇ ਗਦਾਰਾਂ ਦੇ ਲੋਕ ਆ ਇਹਨਾਂ ਦੇ ਅਫਸਰ ਆ ਵੱਡੇ ਵੱਡੇ ਲੋਕ ਇਹਨਾਂ ਦੇ ਮਿਨਿਸਟਰਾਂ ਦੇ ਬੰਦੇ ਆ ਉਹ ਤੰਬੂਆਂ ਜਾ ਕੇ ਮੀਟਿੰਗਾਂ ਆਉਂਦੀਆਂ ਇੱਥੇ ਜਿਹੜੇ ਕਿਸਾਨ ਲੀਡਰਾਂ ਦੇ ਤੰਬੂਆਂ 'ਚ ਮੀਟਿੰਗਾਂ ਆਉਂਦੀਆਂ ਇਹ ਗਦਾਰੀ ਨਹੀਂ ਹੈ ਬਸ ਮੈਂ ਗੱਲਾਂ ਕਰ ਰਹੀਆਂ ਸੀ ਗੱਲਾਂ ਕਰ ਰਹੀਆਂ ਮੇਰੇ ਲਈ ਬਹੁਤ ਜ਼ਰੂਰੀ ਸੀ ਦੇਖੋ ਜਿੱਤ ਕੇ ਜੀ ਅਸੀਂ ਕੋਈ ਜਿੱਤੇ ਨਹੀਂ ਹਾਂ ਜਿੱਤ ਕੇ ਜਾਵਾਂਗੇ ਇਹ ਗੱਲ ਅਸੀਂ ਮਾਦੇ ਨਾਲ ਕਹਿੰਦਾ ਸਾਲ ਲੱਗ ਜਾਏ 2 ਸਾਲ ਲੱਗ ਜਾਣ ਇੱਥੋਂ ਜਿੱਤ ਕੇ ਜਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।